ਰੁਕ ਕਰਦੇ ਹਾਂ ਇਸ ਵੇਲੇ ਦੀ ਵੱਡੀ ਖਬਰ ਦੇ ਵੱਲ। ਦੇਸ਼ ਦੇ ਵਿੱਚ ਇੱਕ ਹੋਰ ਕਾਨੂੰਨ ਨੂੰ ਲਾਗੂ ਕਰ ਦਿੱਤਾ ਗਿਆ। ਤੁਹਾਨੂੰ ਦੱਸ ਦਈਏ, ਦੇਸ਼ ਦੇ ਵਿੱਚ ਐਂਟੀ ਪੇਪਰ ਲੀਕ ਕਾਨੂੰਨ ਜਿਹੜਾ ਉਸਨੂੰ ਤਰਜੀਹ ਦੇ ਦਿੱਤੀ ਗਈ ਹੈ, ਉਸਨੂੰ ਲਾਗੂ ਕਰ ਦਿੱਤਾ ਗਿਆ। ਯਾਨੀ ਕਿ ਸੈਂਟਰ ਨੋਟੀਫਾਈਜ਼ ਪਬਲਿਕ ਐਗਜ਼ਾਮੀਨੇਸ਼ਨ, ਜਿਸ ਦੇ ਅੰਤਰਗਤ ਪ੍ਰੀਵੈਂਸ਼ਨ ਆਫ ਅਨਫੇਅਰ ਮੀਨਸ ਐਕਟ 2024, ਜੋ ਕਿ ਇਸੇ ਸਾਲ ਫਰਵਰੀ ਦੇ ਵਿੱਚ ਸੰਸਦ ਦੇ ਵਿੱਚ ਜਿਹਨੂੰ ਕਹਿ ਸਕਦੇ ਹਾਂ ਇਸਨੂੰ ਤਰਜੀਹ ਮਿਲੀ ਹੈ, ਇਸਨੂੰ ਪਾਸ ਕੀਤਾ ਗਿਆ। ਇਸ ਕਾਨੂੰਨ ਨੇ ਜਿਹੜਾ ਉਸਨੂੰ ਲਾਗੂ ਹੋਣ ਤੋਂ ਬਾਅਦ, ਤੁਹਾਨੂੰ ਦੱਸ ਦਈਏ, ਪੇਪਰ ਲੀਕ ਕਰਨ ਦੇ ਦੋਸ਼ ਪਾਏ ਜਾਣ 'ਤੇ 10 ਸਾਲ ਦੀ ਕੈਦ ਹੋ ਸਕਦੀ ਹੈ। ਨਾਲ ਹੀ ਨਾਲ ਇਸ ਦੇ 1 ਕਰੋੜ ਰੁਪਏ ਦਾ ਜੁਰਮਾਨੇ ਦੀ ਵੀ ਗੱਲ ਆਖੀ ਗਈ ਹੈ। ਮਤਲਬ ਕਿ ਹੁਣ ਨੀਟ ਵਿਵਾਦ, UGC ਵਿਵਾਦ ਅਤੇ CISR UGC ਵਿਵਾਦ ਤੋਂ ਬਾਅਦ ਹੁਣ ਜਿਹੜਾ ਇਹ ਕਾਨੂੰਨ ਦੇਸ਼ ਦੇ ਵਿੱਚ ਲਾਗੂ ਕਰ ਦਿੱਤਾ ਗਿਆ, ਤਾਂ ਵਿਦਿਆਰਥੀਆਂ ਦੇ ਲਈ ਕਹਿ ਸਕਦੇ ਹਾਂ ਕਿ ਇੱਕ ਤਰ੍ਹਾਂ ਦੇ ਨਾਲ ਸੁੱਖ ਦਾ ਸਾਹ ਲੈਣ ਵਾਲੀ ਖਬਰ ਸਾਹਮਣੇ ਆਈ ਹੈ ਉਹਨਾਂ ਵਿਦਿਆਰਥੀਆਂ ਦੇ ਲਈ ਜਿਹੜੇ ਕਿ ਮਿਹਨਤ ਕਰਕੇ ਸੱਚਾਈ ਦਾ ਰਸਤਾ ਫੜ ਕੇ ਆਪਣਾ ਪੇਪਰ ਅਟੈਂਪਟ ਕਰਦੇ ਨੇ, ਇਮਤਿਹਾਨ ਦੇ ਵਿੱਚ ਸ਼ਾਮਲ ਹੁੰਦੇ ਨੇ, ਤਾਂ ਬਿਲਕੁਲ ਪ੍ਰੀਵੈਂਸ਼ਨ ਆਫ ਅਨਫੇਅਰ ਮੀਨਸ ਦੇ 2024 ਐਕਟ ਦੇ ਅੰਤਰਗਤ ਇਸ ਨੂੰ ਦੇਸ਼ ਦੇ ਵਿੱਚ ਲਾਗੂ ਕਰ ਦਿੱਤਾ ਗਿਆ, ਜਿਸ ਤਹਿਤ ਮੰਤਰਾਲੇ ਨੇ ਫੈਸਲਾ ਕੀਤਾ ਕਿ ਇਸ ਦੀ ਜਿਹੜੀ ਨੋਟੀਫਿਕੇਸ਼ਨ ਹੈ ਉਸਨੂੰ ਵੀ ਜਾਰੀ ਕਰ ਦਿੱਤਾ ਗਿਆ। ਇਹ ਕਾਨੂੰਨ ਜਿਹੜਾ ਇਸੇ ਸਾਲ ਫਰਵਰੀ ਦੇ ਵਿੱਚ ਪਾਸ ਹੋਇਆ ਹੈ ਅਤੇ ਇਸ ਨੂੰ ਲਾਗੂ ਹੋਣ ਤੋਂ ਬਾਅਦ, ਤੁਹਾਨੂੰ ਦੱਸ ਦਈਏ, ਜੇਕਰ ਕੋਈ ਵਿਅਕਤੀ, ਕੋਈ ਵਿਦਿਆਰਥੀ ਜਿਸਦੇ ਦੋਸ਼ ਜਿਹੜੇ ਆ ਪੇਪਰ ਲੀਕ ਕਰਨ ਦੇ ਉਹ ਸਾਬਿਤ ਹੋ ਜਾਂਦੇ ਨੇ, ਉਸਨੂੰ ਇੱਕ ਤਾਂ 10 ਸਾਲ ਦੀ ਕੈਦ ਹੋ ਸਕਦੀ ਹੈ ਅਤੇ ਨਾਲ ਹੀ 1 ਕਰੋੜ ਰੁਪਏ ਦਾ ਜੁਰਮਾਨਾ ਵੀ ਲੱਗ ਸਕਦਾ। ਤੁਹਾਨੂੰ ਦੱਸ ਦਈਏ, ਉੱਥੇ ਸਰਵਜਨਿਕ ਪ੍ਰੀਖਿਆ ਜਿਹੜੀ ਹੁੰਦੀ ਹੈ, ਮਤਲਬ ਕਿ ਜਿਸ ਜਿਹੜੀ ਨੈਸ਼ਨਲ ਪ੍ਰੀਖਿਆ ਹੁੰਦੀ ਹੈ, ਜਿਹਦੇ ਵਿੱਚ ਸਾਰੀਆਂ ਸਟੇਟਾਂ ਦੇ ਬੱਚੇ, ਸਾਰੇ ਰਾਜਾਂ ਦੇ ਬੱਚੇ ਜਿਹੜੇ ਆ ਇੱਕੋ ਵਾਰ ਦੇ ਵਿੱਚ ਸ਼ਾਮਲ ਹੁੰਦੇ ਨੇ, ਇਹਨਾਂ ਦੇ ਉੱਤੇ ਜਿਹੜਾ ਇਸ ਐਕਟ ਜਿਹੜਾ ਲਾਗੂ ਹੋਏਗਾ, ਜਿਸ ਦੇ ਵਿੱਚ 10 ਸਾਲ ਦੀ ਸਜ਼ਾ, ਜਿਸ ਦੇ ਵਿੱਚ ਜੇਕਰ ਕੋਈ ਬੱਚਾ, ਜੇਕਰ ਕੋਈ ਵਿਦਿਆਰਥੀ ਇਸ ਦੇ ਅੰਤਰਗਤ ਹੋਰ ਕੀ ਆਉਂਦਾ ਤੁਹਾਨੂੰ ਦੱਸ ਦਿੰਦੇ ਹਾਂ, ਵਿਦਿਆਰਥੀ ਜੇਕਰ ਕੋਈ ਜਿਹੜਾ ਇਸ ਦੇ ਵਿੱਚ ਕੋਈ ਅਜਿਹੀ ਚੀਜ਼ ਦੀ ਵਰਤੋਂ ਕਰਦਾ, ਪੇਪਰ ਜਦੋਂ ਅਟੈਂਪਟ ਕਰਨ ਵੇਲੇ ਜੇਕਰ ਕੋਈ ਗਲਤ ਚੀਜ਼ ਦੀ ਵਰਤੋਂ ਕਰਦਾ, ਤਾਂ ਉਸਨੂੰ ਵੀ 3 ਤੋਂ 5 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ, ਨਾਲ ਹੀ 10 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਜਾ ਸਕਦਾ। ਕਾਨੂੰਨ ਜਿਹੜਾ ਲਾਗੂ ਹੋਣ ਤੋਂ ਬਾਅਦ UPSC USC ਰੇਲਵੇ ਜਿਹੜੇ ਇਹਨਾਂ ਦੇ ਵੱਲੋਂ ਆਯੋਜਿਤ ਕੀਤੀਆਂ ਜਾਂਦੀਆਂ ਪ੍ਰੀਖਿਆਵਾਂ ਨੇ, ਇਸ ਤੋਂ ਇਲਾਵਾ ਬੈਂਕਿੰਗ ਦੀ ਜਿਹੜੀ ਭਰਤੀ ਦਾ ਇਗਜ਼ਾਮ ਹੁੰਦਾ, ਜਾਂ NTA ਯਾਨੀ ਕਿ ਰਾਸ਼ਟਰੀ ਪ੍ਰੀਖਿਆ ਏਜੰਸੀ ਜਿਹੜੀ, ਉਹਨਾਂ ਦੇ ਵੱਲੋਂ ਸਾਰੇ ਹੀ ਕੰਪਿਊਟਰ ਆਧਾਰਿਤ ਪ੍ਰੀਖਿਆ ਜਿਹੜੀਆਂ ਨੇ ਉਹ ਦਾਇਰ ਹੁੰਦੀਆਂ ਨੇ। ਜਿੰਨਾ ਵੀ NTA ਜਿੰਨੇ ਵੀ ਪੇਪਰ ਲੈਂਦੀ ਹੈ, ਪਹਿਲਾਂ ਜਿਹੜੇ ਹੈ ਸਾਰੇ ਪੇਪਰ ਸਬਜੈਕਟਿਵ ਹੁੰਦੇ ਸੀ, ਹੁਣ ਇਹ ਸਾਰੇ ਪੇਪਰ ਓਬਜੈਕਟਿਵ ਹੁੰਦੇ ਨੇ, ਨਾਲੇ ਕੰਪਿਊਟਰ ਬੇਸਡ ਹੁੰਦੇ ਨੇ। ਯਾਨੀ ਕਿ ਪੈੱਨ ਪੇਪਰ ਦੇ ਉੱਤੇ ਤੁਸੀਂ ਪੇਪਰ ਨਹੀਂ ਦਿੰਦੇ, ਬੱਚੇ ਜਿਹੜੇ ਨੇ ਓਬਜੈਕਟਿਵ ਟਾਈਪ ਪੇਪਰ ਦਿੰਦੇ ਨੇ, ਨਾਲੇ ਉਹ ਕੰਪਿਊਟਰ ਬੇਸਡ ਪੇਪਰ ਹੁੰਦੇ ਨੇ, ਨਾਲੇ ਕਿ ਆਰਟੀਫਿਸ਼ਲ ਇੰਟੈਲੀਜੈਂਸ ਇਸ ਦੇ ਵਿੱਚ ਯੂਜ਼ ਜ਼ਰੂਰ ਹੁੰਦੀ ਹੈ। ਪਰ ਤੁਹਾਨੂੰ ਦੱਸ ਦਈਏ, NTA ਦੇ ਵੱਲੋਂ ਹੁਣ ਜਿੰਨੇ ਵੀ ਪੇਪਰ ਜਿਹੜੇ ਲਏ ਜਾਣੇ ਉਹਨਾਂ ਉਹ ਇਸੇ ਕਾਨੂੰਨ ਤਹਿਤ ਆਇਆ ਕਰੇਗਾ। ਯਾਨੀ ਕਿ ਜਿਹੜਾ ਕਾਨੂੰਨ ਇਹ ਲਗਾ ਦਿੱਤਾ ਗਿਆ, ਪ੍ਰੀਵੈਂਸ਼ਨ ਆਫ ਅਨਫੇਅਰ ਮੀਨਸ ਐਕਟ 2024, ਜਿਸ ਦੇ ਵਿੱਚ ਜੇਕਰ ਕੋਈ ਵੀ ਵਿਅਕਤੀ ਪੇਪਰ ਕਲੀਅਰ ਕਰਵਾਉਣ ਦੇ ਵਿੱਚ ਜਿਹੜਾ ਹੈ ਮਦਦ ਕਰਦਾ, ਕਿਸੇ ਦੀ ਲੀਕ ਕਰਦਾ ਪੇਪਰ, ਤਾਂ ਉਸਨੂੰ ਇੱਕ ਤਾਂ 10 ਸਾਲ ਦੀ ਸਜ਼ਾ ਹੋ ਸਕਦੀ ਹੈ, ਨਾਲ 1 ਕਰੋੜ ਰੁਪਏ ਦਾ ਜੁਰਮਾਨਾ ਵੀ ਲਾਇਆ ਜਾ ਸਕਦਾ। ਇਸੇ ਵਿਚਾਲੇ ਤੁਹਾਨੂੰ ਦੱਸ ਦਈਏ, ਨੀਟ ਪ੍ਰੀਖਿਆ ਦਾ
ਵਿਵਾਦ ਸ਼ੁਰੂ ਹੋਣ ਤੋਂ ਬਾਅਦ ਇਹ ਸਾਰਾ ਜਿਹੜਾ ਤਾਮ ਜਾਮ ਖੜ੍ਹਾ ਹੋ ਜਾਂਦਾ ਹੈ। ਨੀਟ ਪ੍ਰੀਖਿਆ ਦੇ ਵਿੱਚ ਕੁਛ ਬੱਚਿਆਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਸਨ ਕਿ ਪੇਪਰ ਲੀਕ ਹੋਇਆ। ਲੀਕ ਹੋਣ ਤੋਂ ਬਾਅਦ ਜਦੋਂ ਉਸਦਾ ਰਿਜ਼ਲਟ ਆਉਂਦਾ 4 ਜੂਨ ਨੂੰ, ਜਦੋਂ ਇਲੈਕਸ਼ਨਸ ਦਾ ਰਿਜ਼ਲਟ ਆਉਣਾ ਹੁੰਦਾ, ਉਸੇ ਦਿਨ ਨੀਟ ਪ੍ਰੀਖਿਆ ਦਾ ਰਿਜ਼ਲਟ ਆਉਂਦਾ, ਜਿਸ ਦੇ ਵਿੱਚ ਵਿਦਿਆਰਥੀਆਂ ਦੇ ਵੱਲੋਂ ਇਹ ਵੀ ਇਤਰਾਜ਼ ਕੀਤਾ ਗਿਆ ਕਿ ਜਿਹੜਾ ਰਿਜ਼ਲਟ ਹੈ ਉਹ ਜਲਦੀ ਘੋਸ਼ਿਤ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਵਿਦਿਆਰਥੀਆਂ ਨੂੰ ਜਦੋਂ ਡਿਟੇਲ ਆਪਣੇ ਮਾਰਕਸ ਦੀ ਮਿਲਦੀ ਹੈ, ਉਹਦੇ ਵਿੱਚ ਲਿਖਿਆ ਹੁੰਦਾ ਕਿ ਗ੍ਰੇਸ ਮਾਰਕਸ ਜਿਹੜੇ ਹੈ ਕੁਛ ਬੱਚਿਆਂ ਨੂੰ ਦਿੱਤੇ ਗਏ ਨੇ, ਜਿਸ ਦੇ ਵਿੱਚ 35 ਤੋਂ 75 ਮਾਰਕਸ ਤੱਕ ਗ੍ਰੇਸ ਦਿੱਤੀ ਗਈ ਹੁੰਦੀ ਹੈ। ਹਾਲਾਂਕਿ ਵਿਦਿਆਰਥੀਆਂ ਦੇ ਵੱਲੋਂ ਇਸ ਗੱਲ 'ਤੇ ਖੜਾ ਕਿ ਸਵਾਲ ਖੜੇ ਕੀਤੇ ਗਏ ਸਨ ਕਿ 35 ਤੋਂ 75 ਗ੍ਰੇਸ ਬਹੁਤ ਜ਼ਿਆਦਾ ਹੁੰਦੀ ਹੈ, ਗ੍ਰੇਸ ਮਾਰਕਸ ਉਹਦੀ ਜਿਹੜੀ ਮਿਆਦ ਹੈ ਉਹ ਕਾਫੀ ਘੱਟ ਹੁੰਦੀ ਹੈ। ਪਰ NTA ਦੇ ਵੱਲੋਂ ਬਾਅਦ ਦੇ ਵਿੱਚ ਜਿਹੜਾ ਨੀਟ ਪ੍ਰੀਖਿਆ ਆਯੋਜਨ ਕਰਨ ਵਾਲੀ ਜਿਹੜਾ ਸੰਗਠਨ ਹੈ, ਉਹਨਾਂ ਦੇ ਵੱਲੋਂ ਬਾਅਦ ਦੇ ਵਿੱਚ ਪ੍ਰੈਸ ਕਾਨਫਰੰਸ ਕਰਦੇ ਆ ਇਸ ਬਾਬਤ ਸਾਰੀ ਜਾਣਕਾਰੀ ਦੇ ਵੀ ਦਿੱਤੀ ਗਈ ਸੀ, ਪਰ ਉਸਦੇ ਬਾਵਜੂਦ ਬੱਚੇ ਜਿਹੜੇ ਨੇ ਉਹ ਧਰਨਾ ਪ੍ਰਦਰਸ਼ਨ ਕਰਨ 'ਤੇ ਬੈਠੇ ਹੋਏ ਸਨ। ਉਹਨਾਂ ਦੇ ਵੱਲੋਂ ਡਟ ਕੇ ਇਸ ਚੀਜ਼ ਦਾ ਸਟੈਂਡ ਲਿਆ ਜਾ ਰਿਹਾ ਸੀ, ਇਸ ਗੱਲ ਦਾ ਸਾਥ ਦਿੱਤਾ ਜਾ ਰਿਹਾ ਸੀ ਕਿ ਉਹਨਾਂ ਦੇ ਨਾਲ ਧੱਕਾ ਹੋ ਰਿਹਾ। ਹਾਲਾਂਕਿ ਉਸ ਤੋਂ ਬਾਅਦ ਜਿਹੜੇ ਆਦੇਸ਼ ਕੋਰਟ ਦੇ ਵੱਲੋਂ, ਮਾਣਯੋਗ ਅਦਾਲਤ ਦੇ ਵੱਲੋਂ ਜਿਹੜੇ ਆਦੇਸ਼ ਆਏ ਨੇ, ਉਹਨਾਂ ਦੇ ਵਿੱਚ CBI ਜਾਂਚ ਦੀ ਵੀ ਗੱਲ ਆ ਗਈ ਹੈ। ਉੱਥੇ ਜੇਕਰ ਦੂਜੇ ਪਾਸੇ UGC ਨੈੱਟ ਦੀ ਗੱਲ ਕਰੀਏ ਤਾਂ 18 ਜੂਨ ਨੂੰ ਬੱਚੇ ਪੇਪਰ ਦਿੰਦੇ ਨੇ, ਵਿਦਿਆਰਥੀ ਪੇਪਰ ਦਿੰਦੇ ਨੇ, ਉਸ ਤੋਂ ਬਾਅਦ 19 ਜੂਨ ਨੂੰ ਪੇਪਰ ਜਿਹੜਾ ਰੱਦ ਕਰ ਦਿੱਤਾ ਜਾਂਦਾ ਹੈ। ਬੱਚੇ ਜਿਹੜੇ ਪੇਪਰ ਦੇ ਕੇ ਗਏ ਹੁੰਦੇ ਨੇ ਉਹੀ ਪੇਪਰ ਰੱਦ ਕਰ ਦਿੱਤਾ ਜਾਂਦਾ, ਉਸ ਤੋਂ ਬਾਅਦ CSR UGC ਨੈੱਟ ਜਿਹੜਾ ਉਸ ਦੇ ਵੱਲੋਂ ਉਹ ਵਾਲਾ ਪੇਪਰ ਵੀ ਜਿਹੜਾ ਉਸ ਦੀਆਂ ਤਰੀਕਾਂ ਮੁਲਤਵੀ ਕਰ ਦਿੱਤੀਆਂ ਗਈਆਂ, ਜੋ ਕਿ ਆਪਣੇ ਆਪ ਦੇ ਵਿੱਚ ਹੁਣ ਵੱਡਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ। ਤਾਂ NTA ਇਸ ਵੇਲੇ ਵਿਵਾਦਾਂ ਦੇ ਵਿੱਚ ਜਿੱਥੇ ਘਿਰਿਆ ਹੋਇਆ, ਉੱਥੇ ਦੂਜੇ ਪਾਸੇ ਸਰਕਾਰ ਦੇ ਵੱਲੋਂ ਇੱਕ ਸਖ਼ਤ ਕਦਮ ਚੁੱਕ ਲਿਆ ਗਿਆ, ਜਿੱਥੇ ਸੈਂਟਰ ਨੋਟੀਫਾਈਡ ਪਬਲਿਕ ਐਗਜ਼ਾਮੀਨੇਸ਼ਨ ਪ੍ਰੀਵੈਂਸ਼ਨ ਆਫ ਅਨਫੇਅਰ ਮੀਨਸ ਐਕਟ 2024 ਤਹਿਤ ਜਿਹੜਾ ਦੇਸ਼ ਭਰ ਦੇ ਵਿੱਚ ਹੁਣ ਲਾਗੂ ਹੋ ਚੁੱਕਿਆ। ਇਸ ਕਾਨੂੰਨ ਤਹਿਤ ਜੇਕਰ ਕੋਈ ਇਸ ਪ੍ਰੀਖਿਆ ਸਾਰੀ ਹੀ ਜਿਹੜੀ ਪ੍ਰਕਿਰਿਆ ਇਸ ਦੇ ਵਿੱਚ ਕੋਈ ਦਖਲ ਅੰਦਾਜ਼ੀ ਕਰਦਾ ਹੈ, ਪੇਪਰ ਲੀਕ ਕਰਦਾ ਜਾਂ ਕਿਸੇ ਗਲਤ ਸਮੱਗਰੀ ਦੀ ਵਰਤੋਂ ਕਰਦਾ ਫੜਿਆ ਜਾਂਦਾ ਹੈ, ਤਾਂ ਉਸਨੂੰ 10 ਸਾਲ ਦੀ ਸਜ਼ਾ ਅਤੇ ਨਾਲ 1 ਕਰੋੜ ਰੁਪਏ ਦਾ ਜੁਰਮਾਨਾ ਵੀ ਹੋ ਸਕਦਾ।